ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਜਿਵੇਂ ਅਸੀਂ ਤੁਹਾਨੂੰ ਪਲ ਪਲ ਦੀ ਜਿਹੜੀ ਰਿਪੋਰਟ ਆ ਤੁਹਾਡੇ ਤੱਕ ਦੇ ਰਹੇ ਹਾਂ ਕਿ ਕਿਸ ਤਰੀਕੇ ਦੇ ਹਾਲਾਤ ਪਿੰਡਾਂ ਔਰ ਸ਼ਹਿਰਾਂ ਦੇ ਬਣੇ ਹੋਏ ਨੇ। ਸ਼ਹਿਰਾਂ ਦੇ ਹਾਲਾਤਾਂ ਦੇ ਬਾਰੇ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਦੱਸਿਆ, ਪਰ ਹੁਣ ਅਸੀਂ ਰੁੱਖ ਕਰ ਲੈਂਦੇ ਹਾਂ ਉਹਨਾਂ ਪਿੰਡਾਂ ਦੇ ਵੱਲ, ਕਿਉਂਕਿ ਅਕਸਰ ਮੰਨਿਆ ਜਾਂਦਾ ਹੈ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਹੁੰਦੀਆਂ ਨੇ, ਕਿਉਂਕਿ ਅਨਾਜ ਦਾ ਜਿਹੜਾ ਹੈਗਾ ਭੰਡਾਰ, ਪਿੰਡਾਂ ਦੇ ਲੋਕ ਜਿਹੜੇ ਖੇਤੀਬਾੜੀ ਦਾ ਕੰਮ ਜ਼ਿਆਦਾ ਕਰਦੇ ਨੇ ਅਤੇ ਇਸ ਕਰਕੇ ਉਹਨਾਂ ਦੇ ਕੋਲ ਜਿਹੜੀਆਂ ਕਮੀਆਂ ਨਹੀਂ ਆਉਂਦੀਆਂ। ਪਰ ਹਾਲਾਂਕਿ ਇਸ ਕਰਫਿਊ ਲੱਗਣ ਦੇ ਬਾਵਜੂਦ ਪਿੰਡਾਂ ਦੇ ਲੋਕਾਂ ਨੂੰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ। ਇਹਨਾਂ ਸਮੱਸਿਆਵਾਂ ਦੇ ਦੌਰਾਨ ਸਾਡੇ ਸਹਿਯੋਗੀ ਨੇ ਪਟਿਆਲਾ ਅਤੇ ਮੋਹਾਲੀ ਜ਼ਿਲ੍ਹਾ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸ ਤਰੀਕੇ ਦੀਆਂ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ ਨੇ। ਪਿੰਡਾਂ ਦੇ ਲੋਕ ਜਾ ਕੇ ਆਪਣੇ ਸਰਪੰਚਾਂ ਦੇ ਕੋਲ ਜਿਹੜੀ ਹੈ ਪਹੁੰਚ ਕਰ ਰਹੇ ਨੇ ਅਤੇ ਉਹਨਾਂ ਨੂੰ ਜਾ ਕੇ ਕਹਿ ਰਹੇ ਨੇ ਕਿ ਉਹਨਾਂ ਨੂੰ ਜ਼ਰੂਰੀ ਜਿਹੜਾ ਰਾਸ਼ਨ ਹੈ ਮੁਹੱਈਆ ਕਰਵਾਇਆ ਜਾਵੇ। ਆਓ ਰੁੱਖ ਕਰਦੇ ਹਾਂ ਇਹਨਾਂ ਪਿੰਡਾਂ ਦਾ। ਜਿਵੇਂ ਕਿ ਲੋਕੀ ਤੁਹਾਡੇ ਘਰ ਆਉਂਦੇ ਨੇ ਰਸ਼ ਲਿਸਟ ਬਣਾ ਕੇ ਪਿੰਡ ਦੀ ਭੇਜ ਦਿੰਦੇ। ਲੋਕੀ ਕੀ ਕੀ ਸ਼ਿਕਾਇਤਾਂ ਲੈ ਕੇ ਆਉਂਦੇ ਨੇ ਤੁਹਾਡੇ ਕੋਲੇ? ਸ਼ਿਕਾਇਤਾਂ ਇੱਕ ਤਾਂ ਮੈਡੀਕਲ ਨਹੀਂ ਖੁੱਲੇ ਜੀ, ਮੈਡੀਕਲ ਜੇ ਖੁੱਲੇ ਵੀ ਹੈ ਤਾਂ ਜੇ 10 ਰੁਪਏ ਦੀ ਚੀਜ਼ ਹੈ ਤਾਂ 30-40 ਰੁਪਏ ਦਾ ਰੇਟ ਲਾ ਕੇ ਦੇ ਦਿੰਦੇ। ਬਾਕੀ ਰਾਸ਼ਨ ਪਾਣੀ ਤਾਂ ਬਹੁਤ ਔਖਾ ਹੀ ਹੈ ਜੀ, ਨਾ ਤਾਂ ਕੋਈ ਸਬਜ਼ੀ ਹੈ ਜੀ, ਨਾ ਰਾਸ਼ਨ ਮਿਲਦਾ ਦੁਕਾਨਾਂ ਤੋਂ, ਕੋਈ ਵੀ ਸਹੂਲਤ ਮਿਲ ਨਹੀਂ ਰਹੀ ਗੌਰਮੈਂਟ ਦੀ। ਦੁਕਾਨਾਂ ਖੁੱਲੀਆਂ ਕਿ ਬੰਦ? ਦੁਕਾਨਾਂ ਬਸ ਬੰਦ ਹੀ ਕਰਾ ਦਿੰਦੀ ਪੁਲਿਸ, ਘੰਟਾ ਇੱਕ ਖੋਲਦੇ ਨੇ ਯਾਰ, ਜਿੰਨਾ ਕੁ ਸਮਾਨ ਹੈ ਉਹਨਾਂ ਕੁ ਤਾਂ ਵੇਚੀ ਜਾਂਦੇ ਨੇ, ਬਾਕੀ ਹੁਣ ਕਿੱਥੋਂ। ਲੋਕੀ ਵੈਸੇ ਕਿੰਨਾ ਕੁ ਪਰੇਸ਼ਾਨ ਹੈ ਰਾਸ਼ਨ? ਬਹੁਤ ਪਰੇਸ਼ਾਨ ਹੈ। ਦੁਕਾਨਾਂ ਕਿੰਨੇ ਕੁ ਸਮੇਂ ਲਈ ਖੁੱਲਦੀਆਂ ਵੈਸੇ? ਨਹੀਂ ਕੀ ਖੁੱਲਦੀਆਂ, 10-15 ਮਿੰਟ ਕੋਈ ਵਿਚਾਰਾ ਖੋਲਦਾ ਹੀ ਦੁਕਾਨਾਂ ਜੀ, ਸੌਦਾ ਨਹੀਂ ਹੈ ਕਿ ਉਹ ਕਿਆ ਖੋਲਦੇ, ਦੁਕਾਨਦਾਰ ਉਹ ਕਿਆ ਕਰੂਗਾ ਜੇ ਕੋਲ ਆਪਣਾ ਮਟੀਰੀਅਲ ਨਹੀਂ ਹੈਗਾ। ਲੋਕਾਂ ਦੇ ਕਈਆਂ ਦੇ ਘਰ ਰਾਸ਼ਨ ਨਹੀਂ ਹੈਗਾ, ਰਾਸ਼ਨ ਹੈ ਨਹੀਂ, ਗਰੀਬ ਜਨਤਾ ਤਾਜੀ ਦਿਹਾੜੀ ਕਮਾਉਣ ਵਾਲੇ ਹੁੰਦਾ। ਅਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖ ਰਹੇ ਹਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿ ਲੋਕਾਂ ਦਾ ਕੀ ਹਾਲ ਹੈ, ਔਰ ਲੋਕ ਰਾਸ਼ਨ ਤੋਂ ਔਰ ਜਿਵੇਂ ਕਿ ਭੀੜ ਭੜੱਕੇ ਤੋਂ ਜਿਵੇਂ ਕਿ ਲੋਕ ਆਪਣੇ ਘਰਾਂ ਦੇ ਵਿੱਚ ਬੰਦ ਨੇ। ਇਸੇ ਤਰ੍ਹਾਂ ਆਪਾਂ ਇੱਕ ਲੇਡੀ ਨਾਲ ਗੱਲ ਕਰਾਂਗੇ ਗੜੀ ਦੇ ਵਿੱਚ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਸੀਂ ਤਾਂ ਹੁਣ ਅੰਦਰ ਹੀ ਅੰਦਰ ਬੰਦ ਹੈ ਜੀ, ਕੀ ਕਰੀਏ, ਸਰਕਾਰ ਸਾਡੀ ਮਦਦ ਨਹੀਂ ਕਰ ਰਹੀ, ਕਰੋਨਾ ਵਾਇਰਸ ਤੋਂ ਅਸੀਂ ਉਹ ਜਿਹੜੀ ਉਹ ਦੁਖੀ ਹੋਏ ਪਏ, ਮਰਨਾ ਤਾਂ ਕਿਆ ਸੀਗਾ, ਭੁੱਖ ਕੋਲ ਪਹਿਲਾਂ ਮਰ ਜਾਵਾਂਗੇ ਅਸੀਂ, ਖਰਚਾ ਪਾਣੀ ਹੈ ਨਹੀਂ ਸਾਡੇ, ਜਿਹੜਾ ਹੈ ਸੀ ਰਾਸ਼ਨ ਸਾਡੇ ਖਤਮ ਹੋ ਗਏ ਨੇ, ਅੱਗੋਂ ਹੁਣ ਅਸੀਂ ਕੀ ਕਰੀਏ, ਜਿਹੜੇ ਕੰਮ ਕਾਰ ਨੇ ਉਹ ਵੀ ਰੁਕ ਗਏ, ਹੁਣ ਅੱਗੇ ਕਾਰੋਬਾਰ ਤਾਂ ਹੈ ਨਹੀਂ, ਜਿਹੜੀ ਅਸੀਂ ਲੈ ਕੇ ਕਿੱਥੋਂ ਖਾਵਾਂਗੇ, ਅੰਦਰ ਹੀ ਅੰਦਰ ਬੰਦ ਬੈਠੇ ਹਾਂ ਅਸੀਂ, ਕਿੱਥੋਂ ਲਿਆਵਾਂਗੇ ਅਤੇ ਕਿੱਥੋਂ ਖਾਵਾਂਗੇ। ਹੁਣ ਅਸੀਂ ਸਰਪੰਚ ਕੋਲ ਜਾਂਦੇ ਹਾਂ, ਸਰਪੰਚ ਕਹਿੰਦੇ ਨਾ ਜੀ ਸਾਨੂੰ ਤਾਂ ਕਰਜ਼ੇ ਨਹੀਂ ਮਿਲੇ, ਅਸੀਂ ਕਿੱਥੋਂ ਦੇਈਏ ਤੁਹਾਨੂੰ, ਗਰੀਬ ਬੰਦੇ ਆ ਵੀ ਕਿਆ ਕਰੀਏ, ਸਾਡੇ ਕੋਲ ਬੱਚੇ ਆ ਨਿੱਕੇ ਨਿੱਕੇ, ਇਹਨਾਂ ਦੀ ਤਾਂ ਦੇਖਣਾ ਇੱਥੇ ਵੀ ਬੱਚਿਆਂ ਬਾਰੇ ਸੋਚਣਾ ਵੀ ਕਿਆ ਕਰਨਾ ਕਿਆ ਨਹੀਂ ਕਰਨਾ। ਕੀ ਕੰਮ ਕਰਦੇ ਆ ਤੁਹਾਡੇ ਘਰ? ਸਾਡੇ ਤਾਂ ਦਿਹਾੜੀ ਤਾਂ ਆਪਾਂ ਕਰਦੇ ਹਾਂ, ਹੋਰ ਕੀ ਕੰਮ ਕਰਦੇ ਹਾਂ, ਦਿਹਾੜੀ ਤੋਂ ਇਲਾਵਾ ਤਾਂ ਹੋਰ ਕੰਮ ਹੀ ਨਹੀਂ ਹੈਗੇ, ਕਾਰੋਬਾਰ ਸਾਰੀਆਂ ਠੱਪ ਹੋ ਗਈਆਂ, ਘਰਾਂ ਬੈਠੇ ਹਾਂ ਅਸੀਂ, ਕੀ ਕਰੀਏ, ਤਾਂ ਕੋਈ ਹੱਲ ਨਹੀਂ ਮਿਲ ਰਿਹਾ। ਜਿਵੇਂ ਸਬਜ਼ੀ ਤੋਂ, ਮੈਡੀਕਲ ਤੋਂ, ਰਾਸ਼ਨ ਤੋਂ, ਸਬਜ਼ੀ ਤਾਂ ਤੰਗ ਹੈ ਵੀ ਮੈਂ ਬੱਚਿਆਂ ਦੀ ਦਵਾਈਦਾਰ ਵੀ ਲੈਣੀ ਆ, ਵੀ ਲਾ ਲੈ ਹੁਣ ਸਬਜ਼ੀ ਸੁਬਜ਼ੀਆਂ ਦਾ ਵੀ ਤੰਗ ਹੈ, ਵੀ ਹੁਣ ਜਾਂ ਬਾਜ਼ਾਰ ਨਹੀਂ ਜਾਵਾਂਗੇ ਤਾਂ ਸਬਜ਼ੀ ਕਿੱਥੇ ਲਿਆ ਕੇ ਖਾਵਾਂਗੇ। ਠੀਕ ਹੈ। ਜਿਵੇਂ ਕਿ ਆਪਾਂ ਪਿੰਡਾਂ ਦਾ ਦੌਰਾ ਕਰ ਰਹੇ ਹਾਂ, ਪਿੰਡਾਂ ਦੇ ਵਿੱਚ ਜਿਵੇਂ ਕਿ ਤੁਸੀਂ ਦੇਖਿਆ ਗਲੀਆਂ ਖਾਲੀ ਪਈਆਂ ਨੇ, ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਨੇ, ਪਰੇਸ਼ਾਨ ਨੇ, ਆਪਣੇ ਬੱਚਿਆਂ ਨੂੰ ਕਈਆਂ ਨੂੰ ਗਲੀਆਂ ਦੇ ਵਿੱਚ ਨਹੀਂ ਨਿਕਲਦੇ ਰਹੇ। ਅਸੀਂ ਕਈ ਪਿੰਡਾਂ ਦਾ ਦੌਰਾ ਕੀਤਾ ਔਰ ਤੁਸੀਂ ਦੇਖ ਰਹੇ ਹੋ ਸਾਰੀ ਗਲੀਆਂ ਤਾਂ ਬੰਦ ਪਈਆਂ ਨੇ ਔਰ ਕੋਈ ਬੱਚਾ ਜਾਂ ਕੋਈ ਬਾਹਰ ਨਹੀਂ ਦਿਖ ਰਿਹਾ ਹੈਗਾ, ਔਰ ਲੋਕਾਂ ਦਾ ਇੱਕ ਰੋਸ ਵੀ ਹੈ ਕਿ ਉਹਨਾਂ ਨੂੰ ਕੁਝ ਰਾਸ਼ਨ ਨਹੀਂ ਮਿਲ ਰਿਹਾ ਹੈਗਾ ਔਰ ਦੁੱਧ ਚਾਹ। ਕੀ ਨਾਂ ਹੈ ਜੀ ਤੁਹਾਡਾ? ਪਿੰਡ ਦੇ ਸਰਪੰਚ ਹੋ ਤੁਸੀਂ? ਹਾਂਜੀ ਸਰਪੰਚ ਹੈ। ਅੱਛਾ, ਤੇ ਤੁਹਾਡੇ ਘਰ ਲੋਕ ਆਉਂਦੇ ਨੇ, ਸੁਣਿਆ ਕਿ ਰਾਸ਼ਨ ਬਾਰੇ ਏਦਾਂ ਲੋਕ ਪਰੇਸ਼ਾਨ ਵਾਲੇ ਨੇ? ਹਾਂਜੀ ਸਾਡੇ ਘਰ ਰਾਸ਼ਨ ਲੈਣ ਆਉਂਦੇ ਨੇ, ਬਹੁਤ ਪਰੇਸ਼ਾਨ ਹੈਗੇ, ਦੇਖਣ ਆ ਨਹੀਂ ਜਾਂਦਾ ਉਹਨਾਂ ਤੋਂ, ਸੌਦੇ ਸੁਬਜ਼ਿਆਂ ਦੀ ਬਹੁਤ ਕਮੀ ਹੈ। ਦੁਕਾਨਾਂ ਖੁੱਲੀਆਂ ਨੇ ਤੁਹਾਡੇ ਪਿੰਡ ਦੀਆਂ? ਨਾ ਜੀ ਦੁਕਾਨਾਂ ਬੰਦ ਹੋ ਗਈਆਂ। ਫਿਰ ਤੁਸੀਂ ਉਹਨਾਂ ਦੀ ਕਿੰਨੀ ਕੁ ਮਦਦ ਕਰਦੇ ਹੋ? ਕਿੰਨੀ ਕੁ ਹੋ ਸਕਦੀ ਹੈ ਕਰ ਦਿੰਦੇ ਹਾਂ, ਜੋ ਲਿਸਟਾਂ ਬਣਾ ਰਹੇ ਹਾਂ ਅਸੀਂ ਭੇਜ ਰਹੇ ਹਾਂ ਉੱਪਰ। ਠੀਕ ਹੈ, ਯਾਨੀ ਕੋਈ ਪ੍ਰਸ਼ਾਸਨ ਹਜੇ ਕਿਸੇ ਨੇ ਕੁਛ ਭੇਜਣ ਨਹੀਂ? ਕੁਛ ਨਹੀਂ ਅਜੇ ਆਇਆ। ਜਿਵੇਂ ਕਿ ਸਰਕਾਰਾਂ ਦਾ ਆਰਡਰ ਹੈ ਜੀ ਦੁਕਾਨਾਂ ਬੰਦ ਰੱਖਣੇ, ਤੁਸੀਂ ਖੋਲੀ ਹੋਈ ਹੈ, ਕੀ ਗੱਲ, ਤੁਸੀਂ ਕਾਹਤੋਂ ਖੋਲੀ ਹੈ? ਸਾਨੂੰ ਜੀ ਰਾਸ਼ਨ ਹੀ ਨਹੀਂ ਮਿਲ ਰਿਹਾ ਤੇ ਸਾਡਾ ਮਾੜਾ ਮੋਟਾ ਸਮਾਨ, ਮਾਚਿਸ ਵਗੈਰਾ ਤੇ ਨਮਕ ਨਮਕ ਬਸ ਰੱਖਿਆ, ਬਸ ਉਹੀ ਵਿਕਰੀ, ਨਮਕ ਤੇ ਮਾਚਿਸ ਜੋ ਚੀਜ਼ ਨਹੀਂ ਲੱਗਣ ਵਾਲੀ ਹੈਗੀ ਸੀ ਉਹੀ ਵਿਕਰੀ ਮਾੜਾ ਮੋਟਾ, ਬਾਕੀ ਰਾਸ਼ਨ ਖਤਮ ਹੋ ਚੁੱਕੀ ਤੇ ਸਾਨੂੰ ਪਿੱਛੋਂ ਵੀ ਨਹੀਂ ਮਿਲ ਰਿਹਾ ਕੁਛ।
ਫਿਰ ਤੁਸੀਂ ਦੁਕਾਨ ਕਾਹਤੋਂ ਖੋਲੀ ਹੋਈ ਹੈ ਜਿਵੇਂ ਕਿ ਸਰਕਾਰਾਂ ਦੇ ਆਰਡਰ ਨੇ ਕਿ ਦੁਕਾਨ ਨਹੀਂ ਖੋਲਣੀ ਹੈਗੀ? ਦੁਕਾਨ ਇਸ ਕਰਕੇ ਖੋਲੀ ਹੈ ਵੀ ਜਿਹੜੇ ਜਿੰਨਾ ਵਿਚਾਰਿਆਂ ਨੂੰ ਕੁਛ ਬਿਲਕੁਲ ਨਹੀਂ ਮਿਲ ਰਿਹਾ, ਜੋ ਚੀਜ਼ ਆਪਣੇ ਕੋਲ ਪਈ ਹੈ ਉਹ ਤਾਂ ਦੇ ਦਈਏ। ਤੁਹਾਡੇ ਕੋਲ ਆਟਾ ਰਾਸ਼ਨ ਵਗੈਰਾ ਹੈਗਾ ਲੋਕਾਂ ਨੂੰ ਦੇਣ ਵਾਸਤੇ? ਨਹੀਂ ਹੈ। ਹੈ ਨਹੀਂ? ਨਹੀਂ। ਲੋਕੀ ਫਿਰ ਕਿੰਨੇ ਕੁ ਪਰੇਸ਼ਾਨ ਹੋ ਰਹੇ ਨੇ ਤੁਹਾਡੇ? ਲੋਕੀ ਤਾਂ ਬਹੁਤ ਪਰੇਸ਼ਾਨ ਹੋ ਰਹੇ ਨੇ, ਆ ਕੇ ਵਾਪਸ ਚਲੇ ਜਾ ਰਹੇ ਨੇ ਵੀ ਸਾਨੂੰ ਰਾਸ਼ਨ ਦਿਓ, ਜਿਵੇਂ ਮਰਜ਼ੀ ਕਰੋ, ਸਾਡੇ ਕੋਲ ਹੋਵੇ ਤਾਂ ਅਸੀਂ ਦੇਈ, ਸਾਨੂੰ ਵੀ ਨਹੀਂ ਪਿੱਛੋਂ ਮਿਲ ਰਹੇ। ਅੱਛਾ, ਤੁਹਾਡੇ ਕੋਲ ਵੀ ਪਿੱਛੋਂ ਨਹੀਂ ਆ ਰਿਹਾ ਹੈਗਾ? ਹਾਂਜੀ ਹਾਂਜੀ। ਅੱਛਾ ਜੀ, ਲੋਕਾਂ ਕੋਲ ਹੁਣ ਤੁਹਾਡੇ ਕੋਲ ਬਿਲਕੁਲ ਵੀ ਰਾਸ਼ਨ ਨਹੀਂ ਹੈਗਾ, ਜਿੰਨਾ ਇਕੱਠਾ ਪਵਾ ਲੈ ਜਾਂਦੇ ਆ ਲੋਕੀ? ਇਕੱਠਾ ਐਵੇਂ ਦੋ ਦੋ ਤਿੰਨ ਤਿੰਨ ਕਿਲੋ ਲੈ ਗਏ ਸੀ ਤੇ ਹੁਣ ਉਹਨਾਂ ਕੋਲ ਉਹ ਵੀ ਖਤਮ ਹੋ ਚੁੱਕਿਆ ਤੇ ਹੁਣ ਉਹਨਾਂ ਨੂੰ ਪਾਈ ਅੱਧਾ ਕਿਲੋ ਵੀ ਨਹੀਂ ਮਿਲ ਰਿਹਾ, ਕਹਿੰਦੇ ਸਾਡੀ ਚਾਹ ਨਹੀਂ ਬਣ ਰਹੀ, ਸਾਡੇ ਕੋਲ ਸਬਜ਼ੀ ਸਰਪੰਚ ਕੋਈ ਨੀ ਆਂਦਾ ਹੈ, ਉਹ ਵੀ ਜਾ ਕੇ ਹੇਠੀ ਚ ਬੈਠ ਗਿਆ, ਘਰੇ ਬੈਠੇ ਆ, ਕੰਮ ਕਾਰ ਤੋਂ ਵੀ ਦਿਹਾੜੀ ਕਰਦੇ ਸੀ, ਖਾਂਦੇ ਸੀ, ਹੁਣ ਜਦ ਦਿਹਾੜੀ ਉਹ ਨੀ ਮਿਲਦੀ ਅਸੀਂ ਕਰਾਂਗੇ ਵੀ ਕੀ? ਰਾਸ਼ਨ ਵੀ ਦਓ ਨਾ, ਸਾਡੇ ਬੱਚੇ ਭੁੱਖੇ ਕੀ ਖਾਣਗੇ? ਆਪਣੇ ਬੱਚਿਆਂ ਦੀ ਆਪਣੀ ਜਾਨ ਪਿਆਰੀ ਹੈ ਕਿ ਆਪਾਂ ਸਾਰਿਆਂ ਲਈ ਕਹਿੰਦੇ ਆ ਵੀ ਪਰਮਾਤਮਾ ਇਸ ਨੂੰ ਮਤਲਬ ਠੀਕ ਕਰੋ। ਇਹ ਚੀਜ਼ ਹੈ ਨਾ ਕਿ ਵੀ ਜਦੋਂ ਅੰਦਰ ਅਸੀਂ ਬੈਠੇ ਹਾਂ, ਜੇ ਅਸੀਂ ਖਾਈਏ ਕੀ, ਸਾਡੇ ਬੱਚੇ ਕੀ ਖਾਣਗੇ? ਤੁਹਾਡਾ ਕਹਿਣ ਦਾ ਮਤਲਬ ਤੁਸੀਂ ਕਰੋਨਾ ਤੋਂ ਨਹੀਂ ਉਦਾਂ ਭੁੱਖੇ ਹੀ ਮਰ ਜਾਓਗੇ? ਭੁੱਖੇ, ਹਾਂਜੀ, ਅਸੀਂ ਤਾਂ ਕਰੋਨਾ ਤੋਂ ਤਾਂ ਅਸੀਂ ਮਰਨਾ ਹੀ ਮਰਨਾ, ਅਸੀਂ ਤਾਂ ਉਦਾਂ ਹੀ ਭੁੱਖੇ ਮਰ ਜਾਂਗੇ, ਜਦੋਂ ਸਾਨੂੰ ਕੰਮ ਨਹੀਂ ਮਿਲਣਾ, ਦਿਹਾੜੀ ਹੋਣੀ ਨਹੀਂ, ਸਾਨੂੰ ਸੌਦਾ ਮਿਲਣਾ ਨਹੀਂ, ਸਾਡੇ ਬੱਚੇ ਭੁੱਖੇ ਮਰਾਂਗੇ, ਅਸੀਂ ਵੀ ਭੁੱਖੇ ਮਰਾਂਗੇ, ਨਾਲੇ ਤਾਂ ਭੁੱਖ ਨੇ ਹੀ ਮਾਰ ਦੇਣਾ ਸਾਨੂੰ ਤਾਂ ਗਰੀਬਾਂ ਨੂੰ। ਰਾਸ਼ਨ ਜੀ ਹੁਣ ਤਾਂ ਘਰ ਬੈਠੇ ਹਾਂ, ਹੁਣ ਰਾਸ਼ਨ ਦੇ ਕੀ ਹੋਣਗੇ? ਦੁਕਾਨ 'ਤੇ ਜਾਂਦੇ, ਦੁਕਾਨ ਵਾਲਾ ਬੰਦ ਦੁਕਾਨਾਂ, ਠੀਕ ਹੈ, ਜੇ ਜਾਂਦੇ ਤਾਂ ਪੈਸੇ ਮੰਗਦਾ, ਉਹ ਕਿਤੇ ਦੇਈਏ, ਅਸੀਂ ਵਿਹਲੇ ਬੈਠੇ ਘਰ, ਠੀਕ ਹੈ, ਆਵਾਜਾਈ ਸਾਰੀ ਬੰਦ ਕਰੀ ਹੋਈ ਆ। ਘਰ ਤੋਂ ਬਾਹਰ ਵੀ ਨਹੀਂ ਜਾਂਦੇ? ਘਰ ਤੋਂ ਬਾਹਰ ਨਹੀਂ ਜਾਂਦੇ। ਪਿੰਡਾਂ ਦੇ ਵਿੱਚ ਤਾਂ ਮੈਂ ਦੇਖਿਆ ਨਾਲੋਂ ਲੋਕੀ ਮਾੜਾ ਮੋਟਾ ਖੇਤਾਂ 'ਚ ਕੰਮ ਕਰੀ ਜਾਂਦੇ, ਉਹ ਵੀ ਨਹੀਂ ਤੁਸੀਂ ਕਰਦੇ? ਉਹ ਅਸੀਂ ਕਿੱਥੇ ਕਰੂੰਗੇ ਕੰਮ ਜੀ, ਜਿਹੜਾ ਮਾੜਾ ਮੋਟਾ ਹੈ ਉਹ ਆਪਣਾ ਆਪ ਕਰ ਰਹੇ ਹਾਂ ਉਹ। ਅੱਛਾ ਜੀ, ਅਸੀਂ ਤਾਂ ਸਾਰੇ ਘਰ ਬੈਠੇ ਹਾਂ, ਸਾਰੇ ਪਰਿਵਾਰ। ਹੁਣ ਜਿੱਦਾਂ ਕਿ ਤੁਸੀਂ ਦੁਕਾਨ 'ਤੇ ਰਾਸ਼ਨ ਲੈਣ ਜਾਂਦੇ ਆ, ਰਾਸ਼ਨ ਨਾਲ ਦਿੰਦਾ ਨਹੀਂ ਹੈ? ਰਾਸ਼ਨ ਦੇ ਰਾਸ਼ਨ ਵਾਲਾ ਤਾਂ ਕਹਿ ਰਿਹਾ ਖਤਮ, ਰਾਸ਼ਨ ਹੀ ਨਹੀਂ ਹੈ ਦੁਕਾਨ 'ਤੇ, ਆਏ ਨਹੀਂ ਰਿਹਾ, ਦੇਈ ਨਹੀਂ ਕਿਤੇ ਦੇ, ਪਹਿਲੇ ਨੰਬਰ ਦਾ ਕਹਿ ਰਿਹਾ, ਜੇ ਆਉਂਦਾ ਉਹ ਪਹਿਲੇ ਖਤਮ ਹੋ ਜਾਂਦਾ, ਚੋਰੀ ਛੁੱਪੀ ਲੈ ਜਾਂਦੇ ਆ। ਤੁਸੀਂ ਕੀ ਕੰਮ ਕਰਦੇ ਹੋ ਜੀ? ਤੁਸੀਂ ਵੀ ਦਿਹਾੜੀ ਕਰਦੇ? ਅਤੇ ਫਿਰ ਹੁਣ ਘਰ ਦਾ ਗੁਜ਼ਾਰਾ ਕਿੱਦਾਂ? ਬੈਠੇ ਜੀ, ਹੁਣ ਕੀ ਕਰੀ ਜੀ, ਦੋ ਦਿਹਾੜੀ ਲੱਗਦੀ ਹੈ। ਜਿਵੇਂ ਕਿ ਹੁਣ ਅਸੀਂ ਪਿੰਡਾਂ 'ਚ ਦੇਖ ਰਹੇ ਹਾਂ ਦੁਕਾਨਾਂ ਖੁੱਲੀਆਂ ਨੇ, ਆਓ ਗੱਲ ਕਰਦੇ ਹਾਂ ਇੱਕ ਦੁਕਾਨਦਾਰ ਨਾਲ। ਭਾਅ ਜੀ ਕੀ ਹਾਲ ਹੈ ਜੀ? ਕੀ ਨਾਂ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਪਤਾ ਹੈ ਕਿ ਦੁਕਾਨਾਂ ਬੰਦ ਨੇ, ਸਰਕਾਰਾਂ ਨੇ ਕਿਹਾ ਹੋਇਆ ਕਰੋਨਾ ਵਾਇਰਸ ਕਰਕੇ, ਫਿਰ ਵੀ ਤੁਸੀਂ ਦੁਕਾਨ ਖੋਲੀ ਹੋਈ ਹੈ, ਤੁਸੀਂ ਦੁਕਾਨ ਕਾਹਤੋਂ ਖੋਲੀ ਹੈ? ਸਾਡਾ ਬੁਰਾ ਹਾਲ ਹੈ, ਲੋਕੀ ਆ ਕੇ ਸਾਡੇ ਘਰ ਬੈਠ ਜਾਂਦੇ ਨੇ ਵੀ ਮਾੜਾ ਮੋਟਾ ਕੁਛ ਤਾਂ ਦਿਓ ਸਮਾਨ ਜਿਹੜਾ ਹੈ, ਵੀ ਅਸੀਂ ਭੁੱਖ ਮਰ ਰਹੇ ਹਾਂ, ਕਿੱਥੋਂ ਲੈ ਕੇ ਖਾਈਏ? ਫਿਰ ਤੁਹਾਡੇ ਦੁਕਾਨ ਦੇ ਵਿੱਚ ਇੰਨਾ ਰਾਸ਼ਨ ਹੈ ਕਿ ਤੁਸੀਂ ਲੋਕ? ਸਾਡੀ ਦੁਕਾਨ 'ਚ ਨਹੀਂ ਹੈ ਰਾਸ਼ਨ, ਬੁਰਾ ਹਾਲ ਹੈ, ਜਾਂਦੇ ਨੇ ਬਸ ਉੱਥੇ ਡੰਡੇ ਮਾਰ ਕੇ ਦੌੜਾ ਦਿੰਦੇ ਨੇ, ਲਾਈਨਾਂ 'ਚ ਖੜ ਖੜ ਕੇ ਥੋੜ੍ਹਾ ਬਹੁਤ ਲੈ ਆਉਂਦੇ ਰਾਸ਼ਨ। ਪਿੰਡਾਂ ਅਤੇ ਸ਼ਹਿਰਾਂ ਦੇ ਸਾਰੇ ਹਾਲਾਤਾਂ ਤੋਂ ਅਸੀਂ ਤੁਹਾਨੂੰ ਜਾਣੂ ਕਰਵਾ ਰਹੇ ਹਾਂ, ਪਰ ਇਸ ਦੇ ਨਾਲ ਹੀ ਬਹੁਤ ਸਾਰੀਆਂ ਵੀਡੀਓਜ਼ ਐਸੀਆਂ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਆਮ ਲੋਕਾਂ 'ਤੇ ਕਿਸ ਤਰੀਕੇ ਦੇ ਨਾਲ ਜਿਹੜਾ ਕਹਿਰ ਵਰਸਾ ਰਹੇ ਨੇ, ਜਦੋਂ ਜ਼ਰੂਰਤ ਦਾ ਸਮਾਨ ਲੈਣ ਲਈ ਘਰ ਤੋਂ ਬਾਹਰ ਨਿਕਲ ਰਹੇ ਨੇ ਅਤੇ ਕਿਸ ਤਰੀਕੇ ਉਹਨਾਂ ਦੀ ਮਾਰ ਕੁੱਟ ਕੀਤੀ ਜਾ ਰਹੀ ਹੈ, ਇਹੋ ਜਿਹੀਆਂ ਤਸਵੀਰਾਂ ਜਿੱਥੇ ਵਾਇਰਲ ਹੋ ਰਹੀਆਂ ਨੇ, ਉੱਥੇ ਹੀ ਪੰਜਾਬ ਦਾ ਦੂਸਰਾ ਪੱਖ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਕਿਤੇ ਨਾ ਕਿਤੇ ਜਿਹੜਾ ਲੰਗਰ ਦਾ ਪ੍ਰਬੰਧ ਕਰ ਰਹੇ ਨੇ, ਉਹ ਲੋਕ ਜਿਹੜੇ ਦਿਹਾੜੀਦਾਰ ਨੇ ਜਿਨ੍ਹਾਂ ਨੂੰ ਰੋਜ਼ਮਰ੍ਹਾ ਦੀ ਜਿਹੜੀ ਹੈ ਰੋਟੀ ਡੇਲੀ ਹੀ ਕਮਾ ਕੇ ਖਾਣੀ ਪੈਂਦੀ ਹੈ, ਉਹਨਾਂ ਦੇ ਲਈ ਲੰਗਰ ਦਾ ਪ੍ਰਬੰਧ ਕਰ ਰਹੇ ਨੇ ਤੇ ਘਰ ਘਰ ਜਾ ਕੇ ਉਹਨਾਂ ਨੂੰ ਜਿਹੜਾ ਹੈਗਾ ਜਾਂ ਗਲੀਆਂ ਦੇ ਉੱਤੇ ਰੋਡ ਦੇ ਉੱਤੇ ਜੋ ਦਿਹਾੜੀਦਾਰ ਮਜ਼ਦੂਰ ਪਏ ਹੋਏ ਨੇ ਉਹਨਾਂ ਨੂੰ ਲੰਗਰ ਦੇ ਰਹੇ ਨੇ, ਰੋਟੀ ਪਾਣੀ ਦਾ ਉਹਨਾਂ ਦੇ ਲਈ ਇੰਤਜ਼ਾਮ ਕਰ ਰਹੇ ਨੇ। ਕੈਮਰਾਮੈਨ ਸੋਨੂ ਜਾਸਲਾ ਦੇ ਨਾਲ ਮੈਂ ਹਰਦੀਪ ਕੌਰ ਵਿਰਕ, ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ, ਚੰਡੀਗੜ੍ਹ।